ਹਾਂਜੀ, ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਰ ਜੀ, ਦਾਸ ਦਾ ਪਿੰਡ ਵਾੜਾ ਭਾਈਕਾ, ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲਾ ਜਗਦੀਪ ਸਿੰਘ ਮੇਰਾ ਨਾਂ ਗਾ। ਆਪਣੇ ਕੋਲ 4 ਕਿੱਲੇ ਮਾਲਕੀ ਹੈ ਅਤੇ 10 ਕਿੱਲੇ ਨਾਲ ਸਾਡੇ ਸਾਰੇ ਪਰਿਵਾਰ ਦੀ ਤਾਏ ਚਾਚਿਆਂ ਦੀ ਖੇਤੀ ਮੈਂ ਹੀ ਕਰਦਾ ਹੁੰਦਾ। 15-17 ਕਿੱਲਿਆਂ ਦੀ ਖੇਤੀ ਕਰੀ ਦੀ ਹੈ, ਜਿਹਦੇ ਵਿੱਚ ਸਾਨੂੰ ਮਤਲਬ ਖੇਤੀਬਾੜੀ ਮਹਿਕਮੇ ਦੇ ਨਾਲ ਹੁਣ ਤਾਂ ਬਹੁਤ ਚਿਰ ਹੋ ਗਿਆ, 6-7 ਸਾਲਾਂ ਤੋਂ ਬਹੁਤ ਜ਼ਿਆਦਾ ਯਾਨੀ ਨੇੜਿਓਂ ਹੋ ਕੇ ਜੁੜੇ ਹੋਏ ਹਾਂ, ਕਿਉਂਕਿ ਮਹਿਕਮੇ ਨੂੰ ਵੀ ਉਹ ਗੱਲ ਵਧੀਆ ਲੱਗੀ, ਸਾਨੂੰ ਵੀ ਵਧੀਆ ਲੱਗਦੀ ਹੈ, ਜਿਹਦੇ ਕਰਕੇ ਅਸੀਂ ਨਾ ਤਾਂ ਝੋਨੇ ਦੇ ਨਾੜ ਨੂੰ ਅੱਗ ਲਾਉਂਦੇ ਹਾਂ, ਕਣਕ ਦੇ ਨੂੰ ਤਾਂ ਲਾਉਣੀ ਹੀ ਕੀ ਆ, ਕਣਕ ਦੇ ਨਾੜ ਨੂੰ ਵੀ ਕਦੇ ਅੱਗ ਨਹੀਂ ਲਾਈਗੀ, ਝੋਨੇ ਦੇ ਨਾੜ ਨੂੰ ਵੀ ਨਹੀਂ ਲਾਈ। 5-6 ਸਾਲ ਤੋਂ ਤਾਂ ਮਤਲਬ ਬਿਲਕੁਲ ਵਾਹਨ ਦੇ ਨੇੜੇ ਅੱਗ ਵੀ ਨਹੀਂ ਆਉਣ ਦਿੱਤੀ। ਅਤੇ ਇਹਦੇ ਵਿੱਚ ਕਣਕ ਦੀ ਆਪਾਂ ਵਧੀਆ ਤੂੜੀ ਬਣਾਉਂਦੇ ਹਾਂ ਜੀ, ਤੂੜੀ ਬਣਾਉਣ ਤੋਂ ਬਾਅਦ ਵਧੀਆ ਸਵਾਰ ਕੇ ਤੂੜੀ ਬਣੀ ਹੁੰਦੀ ਆ, ਜੋ ਤੂੜੀ ਵਾਲੀ ਮਸ਼ੀਨ ਚੱਲੀ ਜਾਂਦੀ ਆ, ਬਾਕੀ ਆਪਣੇ ਖੇਤ ਦੇ ਆਲੇ ਦੁਆਲੇ ਦਰੱਖਤ ਦੇਖਦੇ ਆ, ਸਾਰਿਆਂ ਨੂੰ ਹਰੇ ਭਰੇ, ਵੀ ਕਦੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈਏ। ਵੀਡੀਓ ਤਾਂ ਕਰਕੇ ਬਣਾਉਣ ਲੱਗਿਆ, ਕਈ ਮੇਰੇ ਕਿਸਾਨ ਭਰਾ ਕਹਿੰਦੇ ਆ ਵੀ ਜਿਹੜੀਆਂ ਘੁੰਡੀਆਂ ਆਉਂਦੀਆਂ ਜੀ ਸਾਡੀਆਂ, ਤਰ ਕੇ ਉਹ ਝੋਨੇ ਦੇ ਡੱਕੇ ਮਰਦੇ ਆ, ਉਹਦੇ 'ਚ ਸਾਡਾ ਮੰਨਣਾ ਤਾਂ ਇਹ ਹੈ, ਸਾਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਵੀ ਜਿਹੜੇ ਝੋਨੇ ਦੇ ਡੱਕੇ ਤਰਦੇ ਆ, ਘੁੰਡੀਆਂ ਤਰਦੀਆਂ, ਉਹ ਜੜਦੀਆਂ ਬਣ ਕੇ ਤਰਦੀਆਂ ਗੀਆਂ, ਚਾਹੇ ਅੱਗ ਲੱਗੀ ਹੋਵੇ, ਜੇ ਐਂ ਮਾੜਾ ਮੋਟਾ ਰਹਿ ਵੀ ਗਿਆ, ਉਦੋਂ ਬਾਅਦ 'ਚ ਇਹਨੂੰ ਐਂ ਵਾਹ ਦੇਣਾ ਜੀ ਅਸੀਂ ਵਿੱਚ ਹੀ, ਇਹਨੂੰ ਪਾਣੀ ਲਾ ਦੇਣਾ, ਗਲ ਜਾਂਦਾ, ਸਗੋਂ ਕਿ ਉਹਦੇ ਨਾਲ ਉਹ ਘੱਟ ਤਰਦੀਆਂ ਇਹ, ਸਾਡਾ ਮੰਨਣਾ ਤਾਂ ਸਾਡਾ ਵਿਸ਼ਵਾਸ ਇਸ ਗੱਲ ਦੇ ਵਿੱਚ ਜ਼ਿਆਦਾ ਬਣਿਆ ਹੋਇਆ। ਅਸੀਂ ਛੋਟੇ ਤੱਤਾਂ ਵਾਲੀ ਸਪਰੇਅ ਆਪਣੇ ਆਮ ਹੀ ਜ਼ਿਮੀਂਦਾਰਾਂ ਨੂੰ ਕਰਨ ਦੀ ਲੋੜ ਪੈ ਗਈ ਹੈ ਜੀ, ਅਸੀਂ ਬਹੁਤ ਘੱਟ ਵਰਤਦੇ ਹਾਂ, ਇੱਕ ਵਾਰੀ ਅੱਗੇ 1 ਸਾਲ ਕਰੀ ਸੀ ਅਤੇ 1 ਸਾਲ ਐਰਕੀ 1 ਸਪਰੇਅ ਕਰੀ ਹੈ ਜੀ, ਜਿਹਦੇ ਕਰਕੇ ਸਾਨੂੰ ਐਂ ਲੱਗਦਾ ਵੀ ਇਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ, ਛੋਟੇ ਤੱਤਾਂ ਦੀ ਘਾਟ ਵੀ ਨਹੀਂ ਆਉਂਦੀ, ਅਤੇ ਮਨ ਨੂੰ ਸੰਤੁਸ਼ਟੀ ਵੀ ਆਪਾਂ ਆਪਦੇ ਇੱਕ ਪਾਸੇ ਜਿਸ ਤਰ੍ਹਾਂ ਧਰਤੀ ਨੂੰ ਮਾਂ ਮੰਨਦੇ ਹਾਂ, ਆਪਦੇ ਪਰਿਵਾਰ ਖਾਤਰ, ਆਪਦੇ ਘਰ ਖਾਤਰ, ਜ਼ਮੀਨ ਤਾਂ ਸਾਡੀ ਆਪਦੀ ਹੈ, ਇਹਨੂੰ ਉਪਜਾਊ ਰੱਖਣ ਵਾਸਤੇ ਸਾਡੇ ਮਨ ਨੂੰ ਬਹੁਤ ਸੰਤੁਸ਼ਟੀ ਹੈ ਇਸ ਗੱਲ ਦੀ ਵੀ ਅਸੀਂ ਇਹਨੂੰ ਅੱਗ ਨਹੀਂ ਲਾਉਂਦੇ, ਇਹਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੇ ਹੋਏ ਮਤਲਬ ਵਧਾ ਰਹੇ ਹਾਂ। ਕਦੇ ਅਸੀਂ ਮਤਲਬ 2-3 ਗੱਟਿਆਂ ਤੋਂ ਰੇਹ ਵੱਧ ਨਹੀਂ ਪਾਈ ਜਾਂ ਝੋਨਾ ਜਾਂ ਕਣਕ ਆ ਗਈ, ਕਦੇ ਅਸੀਂ ਛੋਟੇ ਤੱਤਾਂ ਨੂੰ ਬਾਹਲਾ ਸਾਨੂੰ ਐਂ ਨਹੀਂ ਲੋੜ ਪਈ ਵੀ ਆਹ ਤੱਤਾਂ ਦੀ ਘਾਟ ਆ ਗਈ। ਧੰਨਵਾਦ।